ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਖਰੀ ਦਿਨ ਹੈ ਤੇ ਕਈ ਜ਼ਰੂਰੀ ਜਿਹੜੇ ਮਤੇ ਨੇ ਉਹ ਪੇਸ਼ ਹੋ ਸਕਦੇ ਨੇ। ਕੁਛ ਮਤਿਆਂ ਨੂੰ ਪ੍ਰਵਾਨਗੀ ਜਿਹੜੀ ਹੈ ਉਹ ਮਿਲ ਸਕਦੀ ਹੈਗੀ ਆ, ਪੇਸ਼ਗੀ ਜਿਹੜੀ ਹੈ ਉਹ ਹੋਏਗੀ। ਸੁਮਿਤ ਜੋਸ਼ੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਜੋ ਅੱਜ ਦੇ ਆਖਰੀ ਦਿਨ ਦੇ ਇਜਲਾਸ ਬਾਰੇ ਸਾਨੂੰ ਜਾਣਕਾਰੀ ਦੇਣਗੇ। ਜੀ ਸੁਮਿਤ, ਅੱਜ ਦਾ ਦਿਨ ਕਿਸ ਲਿਹਾਜ਼ ਨਾਲ ਖਾਸ ਖਾਸੇ ਮਤੇ ਜਿਹੜੇ ਨੇ ਉਹ ਪੇਸ਼ ਹੋਣਗੇ? ਦੇਖੋ, ਆਖਰੀ ਦਿਨ ਹੈ ਤਾਂ ਹੋ ਸਕਦਾ ਸਰਕਾਰ ਕਰੀ ਉਹ ਜਿਹੜੇ ਰਹਿੰਦੇ ਬਿੱਲ ਹੈਗੇ ਨੇਗੇ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਜਾਵੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕੈਬਨਿਟ ਮੀਟਿੰਗਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ ਡਿਪਾਰਟਮੈਂਟ ਦੇ ਵਿੱਚ, ਤਾਂ ਉਹ ਬਿੱਲ ਪੇਸ਼ ਕੀਤੇ ਜਾ ਸਕਦੇ। ਦੂਜਾ ਇਹ ਹੈ ਕਿ ਅੱਜ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਦੀ ਹਾਵੀ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ, ਕਿਉਂਕਿ ਅੱਜ ਦੇ ਦਿਨ ਜੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਆਪਦੀ ਵਿਰੋਧ ਸਰਕਾਰ ਦਾ ਵਿਅਕਤ ਕਰਾਉਣ ਵਾਸਤੇ ਜਿਹੜਾ ਵੱਡੇ ਪ੍ਰਦਰਸ਼ਨ ਕਰ ਸਕਦੀਆਂ ਨੇ ਅਕਾਲੀ ਦਲ ਕਰਮੀਆਂ। ਕਿਤੇ ਨਾ ਕਿਤੇ ਅੱਜ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਗਾ, ਸਦਨ ਦੇ ਵਿੱਚ ਹੰਗਾਮਾ ਕੀਤਾ ਜਾ ਸਕਦਾ। ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਕਿ ਆਪ ਦੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਕਿ ਸਰਕਾਰ ਦੇ ਅੱਗੇ ਜਾਂ ਸਦਨ ਦੇ ਵਿੱਚ ਵਿਧਾਇਕ ਨੇ ਆਪਦੀਆਂ ਮੰਗਾਂ ਰੱਖ ਸਕਦੇ ਨੇ ਕਿ ਅਸੀਂ ਉਹਨਾਂ ਦੇ ਖੇਤਰਾਂ ਨੂੰ ਕੀ ਚੰਗਾ ਕਹਿ ਸਕਦੇ। ਅੱਜ ਦਾ ਦਿਨ ਹਰ ਇੱਕ ਪਾਸੇ ਨਾਲ ਖਾਸ ਹੈ, ਸਿਰਫ ਇਹ ਨਹੀਂ ਕਿਹਾ ਜਾ ਸਕਦਾ ਹੈਗਾ ਕਿ ਅੱਜ ਇੱਕ ਮੁੱਦੇ ਨੂੰ ਲੈ ਕੇ ਜਿਹੜੇ ਚਰਚਾ ਹੋਣੀ ਹੈਗੀ ਜਾਂ ਸਵਾਲ ਹੋਣੇ ਨੇ। ਜੀ ਜੀ, ਇਸ ਜਾਣਕਾਰੀ ਲਈ ਤੁਹਾਡਾ ਧੰਨਵਾਦ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ।